Hey guys, subscribe and press the bell icon to never miss a video from Gabru. ਕਹਿੰਦੇ ਨੇ ਕਿ ਜੇ ਕਿਸੇ ਵੀ ਚੀਜ਼ ਦੇ ਲਈ ਐਕਸਾਈਟਮੈਂਟ ਵਧਾਣੀ ਹੋਵੇ ਤਾਂ ਉਸ ਚੀਜ਼ ਦੇ ਲਈ ਵੱਧ ਤੋਂ ਵੱਧ ਸਸਪੈਂਸ ਕ੍ਰੀਏਟ ਕਰਨਾ ਚਾਹੀਦਾ ਹੈ। ਤੇ ਜੇ ਅਸੀਂ ਗੱਲ ਸਸਪੈਂਸ ਦੀ ਕਰ ਰਹੇ ਆ ਤਾਂ ਸਾਡੀ ਬਾਲੀਵੁੱਡ ਅਤੇ ਪੋਲੀਵੁੱਡ ਇੰਡਸਟਰੀ ਦੇ ਵਿੱਚ ਤਾਂ ਅੱਜ ਕੱਲ ਸਭ ਤੋਂ ਜ਼ਿਆਦਾ ਸਸਪੈਂਸ ਕ੍ਰੀਏਟ ਕੀਤਾ ਹੋਇਆ ਹੈ ਸੁਪਰਸਟਾਰ ਦਿਲਜੀਤ ਦੋਸਾਂਝ ਨੇ, ਜੋ ਆਪਣੀ ਹਰ ਨਵੀਂ ਪੋਸਟ ਦੇ ਵਿੱਚ ਸਾਨੂੰ ਇਹ ਸੋਚਣ ਦੇ ਲਈ ਮਜਬੂਰ ਕਰ ਦਿੰਦੇ ਨੇ ਕਿ ਉਹ ਹੁਣ ਸਾਡੇ ਲਈ ਕੀ ਨਵਾਂ ਲੈ ਕੇ ਆ ਰਹੇ ਨੇ। ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਦਿਲਜੀਤ ਦੋਸਾਂਝ ਜਲਦ ਹੀ ਆਪਣਾ ਨਵਾਂ ਸੌਂਗ ਸਾਡੇ ਲਈ ਲੈ ਕੇ ਆ ਰਹੇ ਨੇ, ਜਿਸਦੀ ਕਿ ਵੀਡੀਓ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਨਿਤ ਨਵੇਂ ਬ੍ਰਾਂਡਸ ਨੂੰ ਇੰਡੋਰਸ ਕਰਦੇ ਰਹਿੰਦੇ ਨੇ। ਆਪਣੇ ਸੌਂਗ ਦੀ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਨੇ ਸਭ ਤੋਂ ਪਹਿਲਾਂ ਗੁੱਚੀ ਨੂੰ ਇੰਡੋਰਸ ਕੀਤਾ ਤੇ ਉਸ ਤੋਂ ਬਾਅਦ ਬੈਲੇਂਸੀਆਗਾ, ਤੇ ਹੁਣ ਉਹਨਾਂ ਨੇ ਇੱਕ ਨਵੇਂ ਬ੍ਰਾਂਡ ਨੂੰ ਇੰਡੋਰਸ ਕੀਤਾ ਹੈ ਤੇ ਉਹ ਹੈ ਪ੍ਰਾਡਾ। ਤੇ ਇਸ ਗੱਲ ਦੀ ਗਵਾਹੀ ਉਹਨਾਂ ਦੀ ਇੰਸਟਾਗ੍ਰਾਮ ਪੋਸਟ ਨੇ ਸਾਨੂੰ ਕੁਝ ਇਸ ਤਰ੍ਹਾਂ ਦਿੱਤੀ ਹੈ। ਹੈਵ ਅ ਲੁੱਕ। ਵੈਲ, ਇਹਨਾਂ ਪਿਕਚਰਸ ਅਤੇ ਵੀਡੀਓਜ਼ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਨੇ ਇਸ ਸੌਂਗ ਦੇ ਲਈ ਬੜੇ ਹੀ ਬ੍ਰਾਈਟ ਕਲੋਥਸ ਪਾਏ ਹੋਏ ਨੇ, ਜੋ ਕਿ ਦੇਖਣ ਤੋਂ ਕਿਸੇ ਵੀ ਐਂਗਲ ਦੇ ਨਾਲ ਸੈਡ ਸੌਂਗ ਦੇ ਲਈ ਤਾਂ ਨਹੀਂ ਲੱਗਦੇ। ਬਟ ਹੋ ਸਕਦਾ ਹੈ ਕਿ ਦਿਲਜੀਤ ਦੋਸਾਂਝ ਦਾ ਇਹ ਅਪਕਮਿੰਗ ਸੌਂਗ ਉਹਨਾਂ ਦੇ ਪ੍ਰੀਵੀਅਸ ਸੌਂਗ ਪੰਜ ਤਾਰਾ ਦੇ ਵਾਂਗੂ ਹੋ ਸਕਦਾ ਹੈ। ਅਸੀਂ ਤਾਂ ਇਸ ਸੌਂਗ ਦੇ ਲਈ ਬੜੇ ਹੀ ਐਕਸਾਈਟਿਡ ਹਾਂ ਅਤੇ ਇਸ ਸੌਂਗ ਦੀ ਵੀਡੀਓ ਦੇ ਨਾਲ ਕੀ ਸਸਪੈਂਸ ਜੁੜਿਆ ਹੈ ਇਹ ਤਾਂ ਸਾਨੂੰ ਹੁਣ ਵਕਤ ਦੇ ਨਾਲ ਹੀ ਪਤਾ ਲੱਗੇਗਾ। ਤੁਸੀਂ ਇਸ ਸੌਂਗ ਬਾਰੇ ਕੀ ਸੋਚਦੇ ਹੋ? ਆਪਣੇ ਆਨਸਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀ ਇਸ ਤਰ੍ਹਾਂ ਦੀ ਹੋਰ ਅਪਡੇਟਸ ਦੇ ਲਈ ਤੁਸੀਂ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਐਂਡ ਪ੍ਰੈਸ ਦ ਬੈਲ ਆਈਕਨ ਫੋਰ ਨੋਟੀਫਿਕੇਸ਼ਨਸ। ਅਤੇ ਜੇ ਇਹ ਖਬਰ ਤੁਹਾਨੂੰ ਵਧੀਆ ਲੱਗੀ ਤਾਂ ਸਾਨੂੰ ਲਾਈਕ ਐਂਡ ਸ਼ੇਅਰ ਕਰਕੇ ਜ਼ਰੂਰ ਦੱਸਿਓ। ਅਤੇ ਸਾਰੇ ਹੀ ਐਂਡਰੋਇਡ ਯੂਜ਼ਰਸ ਥੱਲੇ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਗਬਰੂ ਦੀ ਐਪ ਨੂੰ ਜ਼ਰੂਰ ਇੰਸਟਾਲ ਕਰਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।